ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ एग्जाम ਜੋਬ ਹਬ ਤੇ ਵਿੱਚ ਤੇ ਦੋਸਤੋ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਨਵੀਂ ਅਪਡੇਟ ਦੇ ਬਾਰੇ ਤੇ ਇਹ ਅਪਡੇਟ ਜੀ ਪੀਟ ਪਲੱਸ 2 ਬੀ ਦੀ ਅਫੀਸ਼ੀਅਲ ਵੈਬਸਾਈਟ ਤੇ ਆ ਚੁੱਕੀ ਹੈ ਤੇ ਇੱਥੇ ਤੁਸੀਂ ਨੋਟਿਸ ਨੂੰ ਦੇਖ ਸਕਦੇ ਹੋ ਕਿ ਫਰਸਟ ਫਾਈਨਲ ਡਿਪਾਰਟਮੈਂਟ ਅਲੋਕੇਸ਼ਨ ਲਿਸਟ ਫਾਰ ਦੀ ਪੋਸਟ ਆਫ ਕਲਰਕ ਐਡਵਰਟਾਈਜ਼ਮੈਂਟ ਨੰਬਰ 17 2021 ਤੇ ਇਸ ਦੀ ਫਾਈਨਲ ਲਿਸਟ ਇੱਥੇ ਆ ਚੁੱਕੀ ਹੈ ਤੇ ਕਿਹੜੇ ਕਿਹੜੇ ਕੈਂਡੀਡੇਟ ਨੂੰ ਕਿਹੜਾ ਕਿਹੜਾ ਡਿਪਾਰਟਮੈਂਟ ਮਿਲਿਆ ਹੈ ਇਹ ਸਭ ਕੁਝ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਆਏ ਹੋ ਇਸ ਚੈਨਲ ਤੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਚਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਇਸ PDF ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਤੁਸੀਂ ਉੱਥੋਂ ਇਸ ਨੂੰ ਡਾਊਨਲੋਡ ਕਰਕੇ ਉਹਦੇ ਇਸ ਨੂੰ ਚੈੱਕ ਕਰ ਸਕਦੇ ਹੋ ਤੇ ਚਲਦੇ ਹਾਂ PDF ਨੂੰ ਡਾਊਨਲੋਡ ਕਰਦੇ ਹਾਂ ਤੇ ਦੋਸਤੋ ਇੱਥੇ ਪੀਡੀਐਫ ਓਪਨ ਹੋ ਚੁੱਕੀ ਹੈ ਤੇ ਦੇਖ ਸਕਦੇ ਹੋ ਕਿ ਫਰਸਟ ਫਾਈਨਲ ਡਿਪਾਰਟਮੈਂਟ ਅਲੋਕੇਸ਼ਨ ਲਿਸਟ ਤੇ ਕਲਰਕ ਪੋਸਟ ਵਾਸਤੇ ਇਹ ਜੋ ਲਿਸਟ ਜਾਰੀ ਕੀਤੀ ਗਈ ਹੈ ਤੇ ਸਭ ਤੋਂ ਪਹਿਲੇ ਇੱਥੇ ਤੁਸੀਂ ਅਪਲੀਕੇਸ਼ਨ ਨੰਬਰ ਦੇਖ ਸਕਦੇ ਹੋ ਕੈਂਡੀਡੇਟ ਦਾ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਜੋ ਰੋਲ ਨੰਬਰ ਦੇਖ ਸਕਦੇ ਹੋ ਨੇਮ ਦੇਖ ਸਕਦੇ ਹੋ ਫਾਦਰ ਨੇਮ ਜੈਂਡਰ ਮੇਲ ਹੈ ਜਾਂ ਫੀਮੇਲ ਹੈ ਕੈਟਾਗਰੀ ਕਿਹੜੀ ਕੈਟਾਗਰੀ ਤੋਂ ਬਿਲੋਂਗ ਕਰਦਾ ਹੈ ਡੇਟ ਆਫ ਬਰਥ ਮਾਰਕਸ ਕਿੰਨੇ ਹਨ ਇਹਨਾਂ ਦੇ ਤੇ ਉਸ ਤੋਂ ਬਾਅਦ ਸਿਲੈਕਸ਼ਨ ਕੈਟਾਗਰੀ ਉਸ ਤੋਂ ਬਾਅਦ ਡਿਪਾਰਟਮੈਂਟ ਇਹਨਾਂ ਨੂੰ ਕਿਹੜਾ ਜੋ ਡਿਪਾਰਟਮੈਂਟ ਇਹਨਾਂ ਨੂੰ ਜਾਰੀ ਕੀਤਾ ਗਿਆ ਹੈ ਇਹ ਸਭ ਕੁਝ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਪੂਰੀ ਪੀਡੀਐਫ ਨੂੰ ਦੇਖ ਸਕਦੇ ਹੋ ਤੇ ਜਿਨ੍ਹਾਂ ਜਿਨ੍ਹਾਂ ਕੈਂਡੀਡੇਟ ਨੇ ਇਸ ਫਾਰਮ ਨੂੰ ਭਰਿਆ ਸੀ ਤੇ ਉਹ ਆਪਣਾ ਇੱਥੇ ਆਪਣਾ ਡਿਪਾਰਟਮੈਂਟ ਦੇਖ ਸਕਦੇ ਹਨ ਕਿ ਉਹਨਾਂ ਨੂੰ ਕਿਹੜਾ ਡਿਪਾਰਟਮੈਂਟ ਇੱਥੇ ਜੋ ਜਾਰੀ ਕੀਤਾ ਗਿਆ ਹੈ ਤੇ ਇਹ ਦੋਸਤੋ ਇਸ ਦੀ 93 ਪੇਜ ਇਸ ਪੀਡੀਐਫ ਦੇ ਹਨ ਤੇ ਇਸ ਪੀਡੀਐਫ ਨੂੰ ਤੁਸੀਂ ਸਾਡੇ ਟੈਲੀਗ੍ਰam ਚੈਨਲ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਤੇ ਦੋਸਤੋ ਇਸ ਤਰ੍ਹਾਂ ਤੁਸੀਂ ਇਸ ਸਾਰੇ ਜੋ ਰਿਜ਼ਲਟ ਨੂੰ ਦੇਖ ਸਕਦੇ ਹੋ ਆਪਣੇ ਨੰਬਰਾਂ ਨੂੰ ਚੈੱਕ ਆਊਟ ਕਰ ਸਕਦੇ ਹੋ ਤੇ ਇਹ ਫਾਈਨਲ ਜੋ ਲਿਸਟ ਹੈ ਇੱਥੇ ਜਾਰੀ ਕੀਤੀ ਗਈ ਹੈ ਪੀਟ ਪਲੱਸ ਵੀ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਤੇ ਆਈ ਹੋਪ ਤੁਹਾਨੂੰ ਦੋਸਤੋ ਇਹ ਵੀਡੀਓ ਵਧੀਆ ਲੱਗੀ ਹੋਗੀ ਪਲੀਜ਼ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਚੈਨ ਚਾ ਬਾਤ